ਸਤਿਕਾਲ ਜੀ ਸਾਰਿਆਂ ਨੂੰ, ਮੈਂ ਮਨਦੀਪ ਸਿੱਧੂ, ਦੀਪ ਦਾ ਛੋਟਾ ਬ੍ਰਦਰ। ਅਤੇ ਅੱਜ ਦੀਪ ਦੀ ਬੇਲ ਐਪਲੀਕੇਸ਼ਨ ਦੀ ਹੀਅਰਿੰਗ ਸੀਗੀ, ਜਿਹਦੇ ਵਿੱਚ ਕਿ ਹੁਣ ਅੱਗੇ ਪਾਰਟਲੀ ਆਰਗੂ ਹੋ ਕੇ ਕੇਸ 12 ਤਰੀਕ ਪਈ ਹੈ ਜੀ। 12 ਤਰੀਕ ਨੂੰ ਅਸੀਂ ਜਿਹੜਾ ਪੁਲਿਸ ਨੇ ਅੱਜ ਰਿਪਲਾਈ ਫਾਈਲ ਕੀਤਾ ਬੇਲ 14, ਉਹਨੂੰ ਰਿਵਰਟ ਕਰਨਾ ਅਤੇ ਫਰਦਰ ਜੋ ਕੋਰਟ ਦੀਆਂ ਡਾਇਰੈਕਸ਼ਨਸ ਆ ਉਹਦੇ ਅਕੋਰਡਿੰਗ ਕਰਾਂਗੇ। ਉਸ ਦਿਨ ਆਰਗੂ ਵੀ ਹੋਣਾ ਅਤੇ ਮੋਸਟਲੀ ਚਾਂਸ ਆ 100% ਕਿ ਬਾਈ ਦੀ ਉਸ ਦਿਨ ਬੇਲ ਵੀ ਹੋ ਜੂਗੀ। ਅਤੇ ਇੱਕ ਅਸੀਂ ਬਾਈ ਦਾ ਕੇਸ ਜਿਹੜਾ ਉਹ ਮੈਂ ਹੈਂਡਲ ਕਰ ਰਿਹਾ ਹੈਗਾ, ਅਤੇ ਮੇਰੇ ਨਾਲ ਸਾਡੇ ਇੱਥੋਂ ਸੀਨੀਅਰ ਹੈਗੇ ਆ ਕੀਤੇ ਹੋਏ ਅਭਿਸ਼ੇਕ ਗੁਪਤਾ ਜੀ, ਉਹ ਸਕੂਲ ਕੋਲ ਪ੍ਰੈਕਟਿਸ ਕਰਦੇ ਆ, ਉਹ ਬਾਈ ਦੇ ਕੇਸ 'ਚ ਆਰਗੂ ਕਰਦੇ ਆ। ਇੱਕ ਹੋਰ ਗੱਲ ਬਹੁਤ ਜ਼ਰੂਰੀ ਕਰਨੀ ਸੀਗੀ ਵੀ ਜੇ ਕੋਈ ਵੀ ਸਾਡੀ ਫੈਮਿਲੀ ਦੇ ਨਾਮ 'ਤੇ ਜਾਂ ਬਾਈ ਦੇ ਨਾਮ 'ਤੇ ਜਾਂ ਕੇਸ ਦੇ ਨਾਮ 'ਤੇ ਕਿਸੇ ਤੋਂ ਵੀ ਕੋਈ ਫੰਡਸ ਦੀ ਡਿਮਾਂਡ ਕਰਦਾ, ਪਲੀਜ਼ ਉਸ ਨੂੰ ਅਵੋਇਡ ਕਰਿਓ। ਅਸੀਂ ਇਹੋ ਜਿਹੀ ਕੋਈ ਵੀ ਕਿਸੇ ਕੋਲ ਡਿਮਾਂਡ ਨਹੀਂ ਰੱਖੀ, ਨਾ ਕਿਸੇ ਤੋਂ ਮੰਗ ਕੀਤੀ ਆ। ਪਲੀਜ਼, ਇਹ ਮੇਰਾ ਵੀਡੀਓ ਪਾਉਣ ਦਾ ਇਹੀ ਮਕਸਦ ਆ ਵੀ ਜੋ ਵੀ ਕੋਈ ਕਿਸੇ ਤਰ੍ਹਾਂ ਦੇ ਫੰਡਸ ਜਾਂ ਕੋਈ ਹੋਰ ਸਾਡੇ ਨਾਮ ਲੈ ਕੇ ਕੇਸ ਦੇ ਰਿਗਾਰਡਿੰਗ ਕੋਈ ਕਿਸੇ ਤੋਂ ਹੈਲਪ ਮੰਗਦਾ, ਤਾਂ ਪਲੀਜ਼ ਜਿੰਨਾ ਚਿਰ ਮੈਂ ਖੁਦ ਨਹੀਂ ਆ ਕੇ ਕਹਿੰਦਾ ਉਨਾ ਚਿਰ ਕੋਈ ਕਿਸੇ ਨੂੰ ਕੋਈ ਵੀ ਫੰਡਸ ਨਾ ਤਾਂ ਟ੍ਰਾਂਸਫਰ ਕਰੋ ਨਾ ਦਿੱਤੇ ਜਾਣ ਸਾਡੇ ਨਾਮ 'ਤੇ। ਥੈਂਕ ਯੂ।